ਕੀ ਹੈ ਨਾ, ਇਹ ਤੁਸਾਂ ਦੀ ਉੱਚੇ ਉੱਚੇ ਉਡਾਣ ਵਾਸਤੇ ਹੈ ਕਿ ਕੱਲ੍ਹ ਤੁਸੀਂ ਬਹੁਤ ਬੜੇ ਆਦਮੀ ਬਣ ਸਕੋ, ਅੱਜ ਦੀਆਂ ਸਖਤੀਆਂ ਬਰਦਾਸ਼ਤ ਕਰਕੇ। ਸਹੀ ਹੈ ਨਾ, ਤੁਸੀਂ ਅਲਾਮਾ ਇਕਬਾਲ ਕੋ ਸੁਣੋ ਹੋਗਾ ਕਿ ਤੁਮ ਦੀ ਬਾਦੇ ਕੇ ਮੁਖਾਲਫ ਸੇ ਨਾ ਡਰ ਅਕਾਬ, ਇਹ ਤੋ ਚਲਤੀ ਹੈ ਤੁਝੇ ਊਚਾ ਉਡਾਣੇ ਕੇ ਲੀਏ। ਇਹ ਸਖਤੀ ਬਰਦਾਸ਼ਤ ਕਰ ਸੋ ਤੇ ਕੱਲ੍ਹ ਤੁਸੀਂ ਬੜੇ ਆਦਮੀ ਬਣ ਸੋ, ਤੁਸਾਂ ਦੀ ਇੱਜ਼ਤ ਤੁਸੀਂ ਗ੍ਰਾਮ ਵਿੱਚ, ਖਾਨਦਾਨ ਵਿੱਚ, ਮਹੱਲੇ ਵਿੱਚ ਆਪਣੇ ਨਾਲ ਧੋਖਾ ਕਰ ਰਹੇ ਹੋ, ਵਲਦੇਨ ਨਾਲ ਕਰ ਰਹੇ ਹੋ, ਐਸਾ ਜ਼ਾਇਆ ਕਰ ਰਹੇ ਹੋ। ਇਹ ਵਰਦੀ ਗਰੀਬ ਇਲਾਕੇ ਵਿੱਚ ਕਿਤਨੇ ਦੀ ਆਉਂਦੀ, 1000-1200 ਰੁਪਏ ਦੀ। ਕਿਤਾਬਾਂ ਦੇਖੋ, ਬਸਤੇ ਦੇਖੋ, ਬੂਟ ਦੇਖੋ, ਉਹ ਹੁਣੇ ਯਾਦ ਸਨ ਵਾਸਤੇ ਬੱਚੇ ਆਸਨ, ਅਸੀਂ ਉਹਨਾਂ 'ਚੋਂ ਕੋਈ ਖਾਣਾ ਪਕਾਵਾਂ, ਕੋਈ ਸਾਲ ਨਾ ਪਕਾਵਾਂ, ਅਤੇ ਬੱਚੇ ਨਾੜੀ ਕੋਲ ਬੈਠ ਕੇ ਜਾ ਰਹੇ ਠੰਡਾ ਪਾਣੀ ਪੀ ਕੇ। ਹੈ ਬੱਚਾ, ਅੱਜ ਐਦ ਕਰੋ ਤੁਸੀਂ, ਅੱਜ ਐਦ ਕਰੋ ਕਿ ਤੁਸੀਂ ਆਪਣੀ ਜ਼ਿੰਦਗੀ ਖੁਦ ਬਣਾਉਣੀ ਹੈ। ਕਿ ਤੁਸੀਂ ਵਲਦੇਨ ਪਾਗਲ ਨਹੀਂ ਨੇ, ਨਾ ਤੂੰ ਘਰ ਤੁਸਾਂ ਰਫਨ ਕੰਮ ਕਰਾਵਣ, ਆਪ ਘਰ ਬੈਠਣ, ਖੁਦ ਉਹ ਜ਼ਲੀਲ ਹੋ ਰਹੇ ਨੇ, ਘਰ ਕੰਮ ਕਰ ਰਹੇ ਨੇ, ਮਾਲ ਡੰਗਰ ਚਾਰ ਰਹੇ, ਲੱਕੜੀਆਂ ਕੱਪ ਰਹੇ, ਘਾਹ ਕੱਪ ਰਹੇ, ਅਸ ਤਾਂ ਬੱਚਾ ਜੁਲੈ ਸਕੂਲ ਪੜ੍ਹੇ, ਇਸ ਦਾ ਮੁਸਤਕਬਲ ਆਸਾਨ ਹੋਵੇ। ਮਗਰ ਸਾਰਾ ਜ਼ਮਾਨਾ ਮਜ਼ਦੂਰੀ ਕਰ ਸੋ, ਫਿਰ ਖੋਤੀਆਂ ਵਿਛਾ ਫਿਰ ਸੋ। ਸਹੀ ਹੈ ਨਾ, ਖੂਬਸੂਰਤ ਹੋ, ਕੱਲ੍ਹ ਵੱਡੇ ਹੋ ਸੋ, ਹੋਰ ਖੂਬਸੂਰਤ ਹੋ ਸੋ। ਸਹੀ ਹੈ ਨਾ, ਇਸ ਕਿਤੇ ਬਚਿਓ, ਆਪਣੇ ਆਪ ਕੋ ਬਦਲੋ। ਇਹ ਉਮਰ ਹੈ ਤੁਸੀਂ, ਇਸ ਉਮਰੀ ਤੋਂ ਕਿਉਂਕਿ ਜਿਹੜੀ ਦੀਵਾਰ ਖੜੀ ਹੁੰਦੀ ਹੈ ਨਾ, ਅਗਰ ਉਸਦੀ ਬੁਨਿਆਦ ਸਹੀ ਹੋਵੇ ਉਹ ਆਖਰ ਤੱਕ ਸਿੱਧੀ ਜਾਂਦੀ ਹੈ। ਬੁਨਿਆਦ ਟੇੜੀ ਤੇ ਦੀਵਾਰ ਉਤੋਂ ਟੇੜੀ। ਆਪਣੀ ਸੋਚ ਬਦਲੋ, ਜ਼ਿਹਨ ਵਿੱਚ ਜਾਣੋ ਕਿ ਯਾਰ ਮੈਂ ਅਫਸਰ ਬਣਨਾ, ਮੈਂ ਉਸਤਾਦ ਲੱਗਣਾ, ਮੈਂ ਇਹ ਕੰਮ ਕਰਨਾ, ਮੈਂ ਇਹ ਕੰਮ ਕਰਨਾ। ਸਹੀ ਹੈ ਨਾ, ਤੁਸੀਂ ਹੁਣ ਸਾਰੇ 5 ਬੰਦੇ ਬੈਠੇ ਦਿਓ, ਕੁਝ 5 ਅੱਗੇ ਚਲੇ ਗਏ। ਇਹ ਸਖਤੀ ਹੁੰਦੀ ਹੈ, ਉਸਤਾਦਾਂ ਦੀ ਮਾਰ ਵੀ ਹੁੰਦੀ ਹੈ, ਮਗਰ ਇੱਕ ਉਸਤਾਦ ਜੋ ਹੁੰਦਾ ਹੈ ਨਾ, ਅਸਮਾਨ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਂਦਾ। ਉਸਤਾਦ ਦੀ ਮਾਰ ਇਨਸਾਨ ਕੋ ਬੁਲੰਦੀਆਂ ਤੱਕ ਲੈ ਕੇ ਜਾਂਦੀ ਹੈ, ਸਮਝ ਗਏ ਹੋ ਜਾਂ ਨਾ? ਇਸ ਕਿਤੇ